ਜੀ ਅਸਲਾਮ ਅਲੈਕੁਮ, ਕੀ ਹਾਲ ਹੈ ਸਾਰੇ ਭੈਣ ਭਾਈਆਂ ਦਾ? ਮੈਂ ਉਮੀਦ ਕਰਨਾ ਤੁਸੀਂ ਸਾਰੇ ਇਨਸ਼ਾਅੱਲਾ ਖੈਰ ਖਰੀਅਤ ਨਾਲ ਹੋਵੋਗੇ। ਦੋਸਤੋ ਮਾਸ਼ਾਅੱਲਾ ਅੱਜ ਜੁਮੇਰਾਤ ਦਾ ਦਿਨ ਹੈ, ਸੋਰੀ ਬੁੱਧ ਦਾ ਦਿਨ ਹੈ, ਅਤੇ ਤਕਰੀਬਨ 12:30 ਦਾ ਟਾਈਮ ਹੋ ਗਿਆ। ਅਤੇ ਜੀ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਦਰਿਆ ਚੱਲ ਰਿਹਾ, ਗੇਟਾਂ ਦੇ ਵਿੱਚੋਂ ਪਾਣੀ ਆ ਰਿਹਾ, ਅਤੇ ਪਰਿੰਦੇ ਜਿਹੜੇ ਨੇ ਉਹ ਮੱਛਲੀ ਦਾ ਸ਼ਿਕਾਰ ਕਰ ਰਹੇ ਨੇ, ਕਿੰਗ ਫਿਸ਼ਰ ਵਗੈਰਾ। ਅਤੇ ਪਾਣੀ ਜਿਹੜਾ ਇੱਥੋਂ ਲੈਵਲ ਕੰਮ ਹੋ ਗਿਆ, ਅਜੇ ਤੱਕ ਫੋਰਟ ਕੈਨਾਲ ਦੇ ਵਿੱਚ ਤਾਂ ਪਾਣੀ ਕੰਮ ਹੀ ਚੱਲ ਰਿਹਾ ਤਕਰੀਬਨ 750 ਕਿਊਸਕ, ਅਤੇ ਦਰਿਆ ਦੇ ਵਿੱਚ ਡਾਊਨ ਦੇ ਵਿੱਚ ਵੀ ਪਾਣੀ ਚੱਲਦਾ ਪਿਆ ਇਸ ਟਾਈਮ ਕੋ 3000 ਕਿਊਸਕ। ਅਤੇ ਉਸ ਤੋਂ ਬਾਅਦ ਅੱਲਾ ਤੁਹਾਡਾ ਭਲਾ ਕਰੇ, ਫੋਰਟ ਕੈਨਾਲ ਦੇ ਵਿੱਚ 750 ਕਿਊਸਕ, ਪਾਕ ਪਤਨ ਕੈਨਾਲ ਦੇ ਵਿੱਚ 3000 ਕਿਊਸਕ, ਅਤੇ ਸਾਦਕਿਆ ਕੈਨਾਲ ਦੇ ਵਿੱਚ 4000 ਕਿਊਸਕ ਪਾਣੀ ਚੱਲਦਾ ਪਿਆ। ਇਹ ਜੀ ਇੱਥੋਂ ਦੀ ਅੱਜ ਦੀ ਰਿਪੋਰਟ ਸੀ। ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ, ਮੇਰੀ ID ਨੂੰ ਫੋਲੋ ਕਰ ਲਵੋ ਅਤੇ ਰੀਪੋਸਟ ਕਰ ਦੇਵੋ ਇਸ ਵੀਡੀਓ ਨੂੰ। ਅਸਲਾਮ ਵਾਲੇਕੁਮ।